ਹਾਂਜੀ ਵੀਰੋ, ਕੀ ਹਾਲ ਚਾਲ? ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਣਗੇ। ਤੇ ਵੀਰੋ, ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕਬੂਤਰਾਂ ਦੇ। ਆਪਾਂ ਤੁਹਾਨੂੰ ਬੱਚੇ ਵੀ ਦਿਖਾਉਣੇ ਆ ਤੇ ਆਪਾਂ ਤੁਹਾਨੂੰ ਤੋਤਿਆਂ ਦਾ ਵੀ ਸ਼ੌਕ ਕਰਾਉਣਾ ਵਾ। ਤੋਤਿਆਂ ਹੀ ਤੇ ਆਪਣੀ ਇਹ ਖਬਰ ਆ, ਕਿਉਂਕਿ ਪਿਛਲੇ ਦਿਨਾਂ 'ਚ ਹਵਾ ਚੰਗੀ ਚੱਲੀ ਹੈ ਤੇ ਉਹਦੇ ਨਾਲ ਬਾਰਿਸ਼ ਹੋਈ ਹੈ। ਆਪਣੇ ਕਾਫੀ ਸਾਰੇ ਤੋਤੇ ਜਿਹੜੇ ਨਾ ਬਿਮਾਰ ਹੋ ਗਏ ਤੇ ਉਹਨਾਂ ਵਿੱਚ ਇੱਕ ਦੋ ਮਰ ਵੀ ਗਏ ਆ। ਉਹਨਾਂ ਦੀ ਆਪਾਂ ਮੈਡੀਸਨ ਲਿਆਂਦੀ ਹੈ, ਉਹਨਾਂ ਨੂੰ ਦੇ ਰਹੇ ਹਾਂ, ਬਕਾਇਦਾ ਹਰ ਰੋਜ਼ ਹੀ ਦੇ ਰਹੇ ਉਹਨਾਂ ਨੂੰ। ਤੇ ਦੋ ਤਿੰਨ ਤਾਂ ਰਿਕਵਰ ਕਰ ਗਏ, ਬਾਕੀ ਇੱਕ ਦੋ ਜਿਹੜੇ ਸੀਗੇ ਉਹ ਮਰ ਗਏ ਆ। ਤੇ ਆਪਣੇ ਕਬੂਤਰਾਂ ਦਾ ਸ਼ੌਕ ਕਰੋ ਜੀ। ਸਾਰੇ ਆਪਣੇ ਕਬੂਤਰ ਜ਼ਬਰਦਸਤ ਆ ਜੀ। ਆਹ ਦੇਖੋ ਜੀ, ਮਾਸ਼ਾਅੱਲਾ ਕੈਸਾ ਬੱਚਾ ਕੱਢਿਆ, ਚੈੱਕ ਕਰੋ ਜੀ। ਵਾਈਟ ਹੈ ਅਤੇ ਵਿੱਚੋਂ ਥੋੜ੍ਹੇ ਜਿਹੇ ਪਰ ਕਾਲੇ ਆ, ਇੱਕ ਬਿਲਕੁਲ ਕਾਲਾ ਵਾ। ਮਾਂ ਪਿਓ ਇੱਕ ਹੀ ਇਹਨਾਂ ਦਾ, ਇੱਕ ਕਾਲਾ ਬੱਚਾ ਅਤੇ ਇੱਕ ਚਿੱਟਾ ਬੱਚਾ। ਅਤੇ ਆਪਾਂ ਤੁਹਾਨੂੰ ਇੱਧਰ ਚੈੱਕ ਕਰੋ ਜੀ, ਇੱਧਰ ਵੀ ਬੱਚੇ ਪਏ ਆ, ਉਸ ਤੋਂ ਬਾਅਦ ਇੱਧਰ ਵੀ ਸਾਰੇ ਬੱਚੇ ਆ। ਅੰਡੇ ਫਿਰ ਦਿੱਤੇ ਆ ਕਬੂਤਰੀ ਨੇ, ਇਹਨਾਂ ਦੀਆਂ ਲਾਸਟ ਝੋਲੀ ਹੈ ਜੀ। ਉਸ ਤੋਂ ਬਾਅਦ ਫਿਰ ਬੱਚੇ ਆਪਾਂ ਇਹਨਾਂ ਕੋਲ ਲੈਣੇ ਨਹੀਂ। ਆਹ ਦੇਖੋ ਜੀ ਕਿੰਨਾ ਪਿਆਰਾ ਬੱਚਾ, ਚੈੱਕ ਕਰੋ। ਅਤੇ ਸਾਰੇ ਵੀਰਾਂ ਅੱਗੇ ਰਿਕੁਐਸਟ ਹੈ, ਪਲੀਜ਼ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਆ ਕਰੋ ਅਤੇ ਆਪਾਂ ਤੁਹਾਡੇ ਵਾਸਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹੁੰਦੇ ਰਹਾਂਗੇ। ਅਤੇ ਲਾਜ਼ਮੀ ਕਮੈਂਟਸ ਦੇ ਵਿੱਚ ਲਾਜ਼ਮੀ ਆਪਣਾ ਦੱਸਿਆ ਕਰੋ ਵੀ ਵੀਡੀਓ ਅੱਛੀ ਹੈ ਜਾਂ ਨਹੀਂ ਅੱਛੀ। ਤੁਸੀਂ ਕਮੈਂਟਸ ਕਰਦੇ ਹੀ ਨਹੀਂ ਹੋ ਦੋਸਤੋ, ਕਮੈਂਟਸ ਪਲੀਜ਼ ਕਰ ਦਿਆ ਕਰੋ ਅਤੇ ਪਤਾ ਚੱਲ ਜਾਂਦਾ ਆਪਣੇ ਨੂੰ ਵੀ ਹਾਂ ਵੀ ਵੀਡੀਓ ਅੱਛੀ ਹੈ। ਆ ਜਾਓ, ਤੁਹਾਨੂੰ ਆਪਣੇ ਡੋਗਸ ਦਾ ਵੀ ਸ਼ੌਕ ਕਰਾਉਂਦੇ ਹਾਂ। ਅਤੇ ਇੱਕ ਹੋਰ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਆ। ਆਪਾਂ ਦੇਖੋ ਜੀ, ਆਹ ਇਹਨਾਂ ਕਬੂਤਰਾਂ ਦੇ ਦਾਣੇ ਵਾਸਤੇ ਆਹ ਬੋਕਸ ਬਣਾਇਆ ਵਾ, ਚੈੱਕ ਕਰੋ ਜੀ। ਇਹਦੇ ਵਿੱਚ ਕ੍ਰੇਟਸ ਪਈ ਹੈ, ਚਾਰਕੋਲ ਪਿਆ ਵਾ ਅਤੇ ਬਾਕੀ ਮਿਕਸ ਫੀਡ ਪਈ ਹੈ। ਇਹਦੇ ਵਿੱਚ ਅਲੱਦਾ ਵਾ, ਬਰੀਡਿੰਗ ਵਾਲੇ ਅਲੱਦਾ ਵਾ, ਉਡਾਉਣ ਵਾਲਿਆਂ ਨੂੰ ਅਲੱਦਾ ਦੇਈਦੀ ਹੈ। ਅਤੇ ਇਹਦੇ ਵਿੱਚ ਸੂਰਜਮੁਖੀ ਥੋੜ੍ਹਾ ਜ਼ਿਆਦਾ ਵਾ, ਇਹਦੇ ਵਿੱਚ ਸਾਰਾ ਸਟੋਕ ਰੱਖਿਆ ਵਾ। ਬਾਕੀ ਮਿਕਸ ਕਰਕੇ ਇਹਦੇ ਵਿੱਚੋਂ ਫਿਰ ਦੂਸਰੇ ਡੱਬਿਆਂ ਦੇ ਵਿੱਚ ਆਪਾਂ ਸ਼ਿਫਟ ਕਰ ਦਈਦਾ। ਚਿਕਨ ਗਰੇ ਰਾਜਾ ਆਪਣੇ ਕੋਲ ਇੱਥੇ ਸੀਗੇ, ਤਿੰਨ ਬੱਚੇ ਸੀਗੇ, ਇਹਨਾਂ ਵਿੱਚੋਂ ਇੱਕ ਐਕਸਪਾਇਰ ਹੋ ਗਿਆ ਅਤੇ ਇਹਨਾਂ ਨੂੰ ਆਹ ਦਵਾਈ ਪਾਈ ਹੈ B12। ਉਸ ਤੋਂ ਬਾਅਦ ਇਹ ਤਾਂ F10 ਸਪਰੇਅ ਕੀਤੀ ਹੈ ਜੀ, ਅੱਗੇ ਨਾਲ ਥੋੜ੍ਹੇ ਜਿਹੇ ਬਿਹਤਰ ਹੋਏ ਆ। ਅਤੇ ਆ ਜਾਓ, ਤੁਹਾਨੂੰ ਆਪਾਂ ਆਪਣੇ ਪੱਗ ਡੋਗ ਦਾ ਵੀ ਸ਼ੌਕ ਕਰਾਉਂਦੇ ਹਾਂ ਜੀ। ਅਤੇ ਵੀਡੀਓ ਲਾਜ਼ਮੀ ਐਂਡ ਤੱਕ ਦੇਖਿਆ ਕਰੋ ਵੀਰੋ, ਵੀਡੀਓ ਦੇਖਦੇ ਹੋ ਤਾਂ ਫਿਰ ਹੀ ਮਜ਼ਾ ਆਉਂਦਾ ਨਾ ਵੀਡੀਓ ਬਣਾਉਣ ਦਾ। ਆਹ ਦੇਖੋ ਜੀ, ਚੇਰੀ ਕਰਨੇ, ਚੇਰੀ ਆਪਣਾ ਪੂਰਾ ਚੋਇਸ ਦਿਖਾ ਰਹੀ ਹੈ। ਓਕੇ, ਗੋ ਆਊਟਸਾਈਡ, ਗੋ ਆਊਟਸਾਈਡ, ਚਲੋ ਖੇਡ ਲਓ ਬਾਹਰ, ਆਪਣਾ ਹੁਣ ਲੱਭੇ ਮਜ਼ਾ ਇੰਜੋਏ ਕਰ ਜੀ। ਆਹ ਦੇਖੋ ਵਿੰਕਲ ਜਿਹੜੀ ਹੈ ਆਪਣੀ, ਇਹ ਬੱਗੀ ਬੱਗੀ ਕੰਮ ਆ। ਇਹ ਦੇਖੋ ਜੀ, ਇਹਨੂੰ 1.5 ਮਹੀਨਾ ਹੋ ਗਿਆ ਵਾ ਪ੍ਰੈਗਨੈਂਟ ਹੋਈ ਨੂੰ, ਅਤੇ ਇਹ ਪਿੱਛੇ ਰਹਿ ਗਏ ਥੋੜ੍ਹੇ ਦੇਣੀ, ਬੱਚੇ ਦੇਗੀ ਹੁਣ, ਇਹ ਪਹਿਲੀ ਦਫਾ ਬੱਚੇ ਦੇਣੇ ਇਹਨੇ ਆਪਣੇ ਘਰ। ਆਹ ਦੇਖ ਲਓ ਇਹਦਾ ਪਿਆਰ, ਬਹੁਤ ਜ਼ਿਆਦਾ ਲਾਡੀ ਕਰਦੀ ਹੈ, ਲਾਡ ਕਰਨ ਵਾਲਾ ਡੋਗ ਆ ਜੀ, ਇਹ ਬਹੁਤ ਜ਼ਿਆਦਾ ਸਮਝਦਾਰ ਆ। ਉਮੀਦ ਕਰਦਾ ਵਾਂ ਸਾਰੇ ਵੀਰਾਂ ਨੂੰ ਵੀਡੀਓ ਅੱਛੀ ਲੱਗਦੀ ਹੋਏਗੀ ਅਤੇ ਇਨਸ਼ਾਅੱਲਾ ਆਪਾਂ ਤੁਹਾਡੇ ਵਾਸਤੇ ਇਹ ਤੋਂ ਵੀ ਜ਼ਬਰਦਸਤ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਤੇ ਅੱਜ ਦੀ ਵੀਡੀਓ ਇੰਨੀ ਵੀਰੋ, ਤਾਂ ਮਿਲਦੇ ਆਪਣੀ ਨਵੀਂ ਵੀਡੀਓ ਦੇ ਨਾਲ। ਅਤੇ ਸ਼ੁਕਰੀਆ, ਥੈਂਕ ਯੂ ਸੋ ਮੱਚ ਜਿੰਨੇ ਵੀਰ ਭਰਾ ਮੇਰੀ ਵੀਡੀਓ ਦੇਖਦੇ ਆ।